ਹਾਂਜੀ ਕੀ ਪੂਰਾ ਮਾਮਲਾ ਦੇਖਿਆ, ਗੁੰਡਾਗਰਦੀ ਹੋਈ ਹੈ, ਇਹ ਤਾਂ ਨਿਰੀ ਬਦਮਾਸ਼ੀ ਹੋਈ ਆ ਜੀ। ਇਹ ਤਾਂ ਜੰਗਲ ਰਾਜ ਵਾਲਾ ਕੰਮ ਕਰਾਤਾ ਇਹਨਾਂ ਨੇ। ਅਕਾਲੀਆਂ ਦੇ ਕਾਂਗਰਸ ਦੇ ਟਾਈਮ ਆ ਕੇ ਗੱਲਾਂ ਚੱਲਦੀਆਂ ਹੁੰਦੀਆਂ ਸੀ, ਜੋ ਇਹਨਾਂ ਨੇ ਕੰਮ ਕੀਤਾ ਆ ਕੇ ਬੰਦੂਕ ਲਾਣੀ, ਵੈਪਨ ਉਹਦੇ ਮੂੰਹ 'ਚ ਪਾਉਣਾ, ਉਹ ਤੋਂ ਜ਼ਬਰਦਸਤੀ ਮੋਬਾਈਲ ਖੋਹਣਾ, ਕਿ ਇਹ ਆਮ ਬੰਦਿਆਂ ਦੀ ਵਪਾਰੀਆਂ ਵਾਲੀ ਗੱਲ ਨਹੀਂ ਹੈ, ਵਪਾਰੀਆਂ ਨੂੰ ਡਰਾਉਣ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ। ਬਿਲਕੁਲ ਸੇਫ ਨਹੀਂ ਹੈ ਜੀ, ਇਹ ਤਾਂ ਬਦਮਾਸ਼ੀ ਹੈ, ਧੱਕਾ ਸ਼ਰੇਆਮ। ਉਸ ਤੋਂ ਬਾਅਦ ਆ ਕੇ ਫਿਰ ਧਮਕੀਆਂ ਦੇਣੀਆਂ, ਮਾਰਕੀਟ ਵਾਲੇ ਨੇ ਜਦ ਕਹਿ ਹੀ ਦਿੱਤਾ, ਫਿਰ ਉਸ ਤੋਂ ਬਾਅਦ ਆਪਾਂ ਉਹਨੂੰ ਧਮਕਾ ਰਹੇ ਹਾਂ ਮੁੰਡੇ ਨੂੰ ਇਕੱਲੇ ਨੂੰ ਆ ਕੇ, ਇਹ ਚੀਜ਼ ਥੋੜ੍ਹਾ ਚੱਲਣ ਦੇਣੀ ਹੈ ਆਪਾਂ। ਨਾਲੇ ਚੋਣ ਜ਼ਾਬਤਾ ਲੱਗਿਆ, ਚੋਣ ਜ਼ਾਬਤਾ ਦੇ ਵਿੱਚ ਆਪਾਂ ਵੈਪਨ ਲਿਆ ਰਹੇ ਹਾਂ ਸ਼ਰੇਆਮ, ਸਵੇਰੇ ਆ ਕੇ ਉਹਦੇ ਮੂੰਹ 'ਤੇ ਲਾ ਰਹੇ ਹਾਂ, ਧੂਹ ਬੱਤੀ ਮੁੰਡਾ ਕਰਦਾ ਪਿਆ, ਉਹਨੂੰ ਮਾੜੀ ਮੋਟੀ ਸ਼ਰਮ ਨਹੀਂ ਆਈ, ਇਹ ਚੀਜ਼ਾਂ ਥੋੜ੍ਹਾ ਹੋਣੀ ਦੇਣੀਆਂ ਜੀ। ਮੇਰਾ ਨਾਮ ਹੈ ਸ਼ਿਵਮ ਮਲਹੋਤਰਾ ਜੀ, ਮੇਰੀ ਅਕਾਲਗੜ੍ਹ ਗੁਰਦੁਆਰਾ ਸਾਹਿਬ 42 ਨੰਬਰ ਸ਼ੋਪ, ਜੀਨਸ ਫੋਰ ਯੂ ਮੇਰੀ ਸ਼ੋਪ ਦਾ ਨੇਮ ਹੈ। ਮੈਂ 16/4 ਨੂੰ ਉਹਨਾਂ ਕੋਲ ਤਕਰੀਬਨ 7 ਵਜੇ ਦੇ ਕਰੀਬ ਮੈਨੂੰ ਕੋਲ ਮਾਲ ਲੈ ਕੇ ਆਇਆ ਜੀ। ਉਹਨਾਂ ਨੇ 8 ਵਜੇ ਮੇਰੀ ਦੁਕਾਨ 'ਤੇ ਮਾਲ ਭੇਜਿਆ, ਉਸ ਟਾਈਮ ਮੇਰੀ ਦੁਕਾਨ ਕਲੋਜ਼ ਕਰਨ ਦਾ ਟਾਈਮ ਸੀ, ਮੈਂ ਮਾਲ ਐਂਗ ਰਖਾ ਲਿਆ। ਜਦੋਂ ਮੈਂ 17/4/2024 ਨੂੰ ਆਪਣੀ ਦੁਕਾਨ 'ਤੇ ਸਵੇਰੇ ਵਿਜ਼ਿਟ ਕੀਤਾ ਅਤੇ ਮਾਲ ਖੋਲ੍ਹਿਆ, ਉਹਦੇ 'ਚੋਂ ਕੁਛ ਮਾਲ ਘੱਟ ਨਿਕਲਿਆ, ਅਤੇ ਮੈਂ ਉਹਨਾਂ ਨੂੰ ਆਪਣੀ CCTV ਵੀਡੀਓ ਬਣਾ ਕੇ ਉਹਨਾਂ ਨੂੰ ਸੈਂਡ ਕਰਤੀ, ਅਤੇ ਹਾਂਜੀ, ਅਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫੋਨ 'ਤੇ ਗਾਲਾਂ ਗਲਾਚ ਕੀਤੀ, ਗਾਲਾਂ ਗਲਾਚ ਫੋਨ ਬੰਦ ਕਰਨ ਤੋਂ ਬਾਅਦ ਸਿੱਧਾ ਦੁਕਾਨ 'ਤੇ ਆਏ, ਅਤੇ ਉਸ ਟਾਈਮ ਮੈਂ ਧੂਹ ਬੱਤੀ ਕਰ ਰਿਹਾ ਸੀਗਾ, ਅਤੇ ਉਹਨਾਂ ਨੇ ਸਿੱਧਾ ਆ ਕੇ ਮੇਰੇ ਮੂੰਹ 'ਤੇ ਪਿਸਟਲ ਲਾ ਦਿੱਤੀ। ਪਿਸਟਲ ਲਾ ਕੇ ਇੱਕ ਜਣਾ ਸੀ, ਸਿੰਗਲ ਜਣਾ ਸੀ ਹੈ, ਦੇਖੋ ਕਿਹਾ ਜੇ ਤਾਂ ਵਪਾਰੀ ਜਾਂਦਾ, ਮਗਰ ਜਿਹੜਾ ਉਹਨੇ ਕੰਮ ਕੀਤਾ ਉਹ ਗੈਂਗਸਟਰ ਵਾਲਾ ਕੰਮ ਕੀਤਾ, ਕੋਈ ਸਹੀ ਵਪਾਰੀ ਇਹ ਕੰਮ ਤਾਂ ਨਹੀਂ ਕਰੇਗਾ। ਪਿਸਟਲ ਲੈ ਕੇ ਆਇਆ ਜੀ, ਉਹਨੇ ਆ ਕੇ ਸਿੱਧਾ ਮੇਰੇ ਮੂੰਹ ਦੇ ਅੰਦਰ ਪਿਸਟਲ ਲਾ ਦਿੱਤੀ ਜੀ ਉਹਨਾਂ ਨੇ, ਠੀਕ ਹੈ ਜੀ, ਅਤੇ ਜਾਨੋ ਮਾਨ ਦੀ ਧਮਕੀ ਦਿੱਤੀ, ਅਤੇ ਉਸ ਤੋਂ ਬਾਅਦ ਅਸੀਂ ਉਸ ਮਾਲ ਦੀ ਪੇਮੈਂਟ ਵੀ ਸੰਡੇ ਉਹਨੂੰ ਦਿੱਤੀ, ਪੇਮੈਂਟ ਵੀ ਦੇ ਦਿੱਤੀ। ਉਸ ਤੋਂ ਬਾਅਦ ਸਾਡੀ ਜਿਹੜੀ ਦੁਕਾਨ 'ਤੇ ਪੇਮੈਂਟ ਆਪਣਾ ਬੰਦਾ ਪੇਮੈਂਟ ਲੈਣ ਆਇਆ ਸੀਗਾ, ਉਹਦੇ ਨਾਲ ਇੱਕ ਬੰਦਾ ਹੋਰ ਆਇਆ ਸੀ, ਉਹ ਪੇਮੈਂਟ ਲੈ ਕੇ ਨਿਕਲ ਗਿਆ, ਅਤੇ ਨਾਲ ਜਿਹੜਾ ਇੱਕ ਜਿਹੜਾ ਪਿੱਛੇ ਬੰਦਾ ਬੈਠਾ ਸੀਗਾ ਉਹਨੇ ਸਾਨੂੰ ਧਮਕੀ ਦਿੱਤੀ ਕਿ ਪੈਸੇ ਸਾਨੂੰ ਲੈਣੇ ਆਉਂਦੇ ਹੈ। ਅਤੇ ਉਸ ਤੋਂ ਬਾਅਦ ਸ਼ਹਿਰੀ ਜੁਲੀ ਜੀ ਦਾ ਸਾਨੂੰ ਫੋਨ ਆਇਆ 1/2 ਘੰਟੇ ਬਾਅਦ, ਕਹਿੰਦੇ ਕੋਈ ਗੱਲ ਨਹੀਂ, ਸਾਡੀ ਨਾ ਉਹਨਾਂ ਦੇ ਸ਼ੋਪ ਦੇ ਸਾਹਮਣੇ MCL ਪਾਰਕਿੰਗ ਹੈ, ਗੱਡੀ ਸਾਡੀ ਉੱਥੇ ਖੜਦੀ ਹੈ, ਕਹਿੰਦੇ ਕੋਈ ਗੱਲ ਨਹੀਂ, ਗੱਡੀ ਤੂੰ ਇੱਥੋਂ ਹੀ ਕੱਢਣੀ ਹੈ। ਇਹ ਸਾਨੂੰ ਧਮਕੀਆਂ ਮਾਰਨ ਦੁਬਾਰਾ ਦੀ ਧਮਕੀਆਂ ਦਿੱਤੀਆਂ, ਅਤੇ ਮੈਨੂੰ ਹਜੇ ਵੀ ਫੋਨ 'ਤੇ ਧਮਕੀਆਂ ਆ ਰਹੀਆਂ ਕਿ ਤੁਸੀਂ ਆਪਣਾ ਜਿਹੜਾ ਪਰਚਾ ਦਿੱਤਾ ਹੋਇਆ ਅਰੈਸਟ ਕੀਤਾ ਹੋਇਆ ਜੀ, ਇਹਨਾਂ ਨੂੰ ਕਹਿੰਦੇ ਕਿ ਨੋ ਅਰੈਸਟ ਹੋ ਗਈ ਹੈ। ਹਾਂ, ਮੈਂ ਤਾਂ ਇਹੀ ਸੋਚ ਰਿਹਾ ਕਿ ਇਲੈਕਸ਼ਨ ਦਿਨ ਹੈ, ਕਿ ਆਪਾਂ 10 ਤਰੀਕ ਨੂੰ ਅਸਲਾ ਜਮ੍ਹਾਂ ਕਰਾਉਣਾ ਸੀਗਾ ਲਾਸਟ ਡੇਟ ਨੂੰ, ਅਤੇ 17 ਤਰੀਕ ਨੂੰ ਹਜੇ ਤੱਕ ਅਸਲਾ ਉਹਨਾਂ ਕੋਲ ਸੀਗਾ, ਅਤੇ ਉਹ ਕਹਿ ਰਹੇ ਕਿ ਇਹਨਾਂ ਨੇ ਅਸਲਾ 23 ਤਰੀਕ ਨੂੰ ਜਮ੍ਹਾਂ ਕਰਾਇਆ, ਅਤੇ ਪੁਲਿਸ ਨੇ ਹਜੇ ਤੱਕ ਇਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਕੀਤੀ, ਕਾਰਵਾਈ ਤਾਂ ਕਰਾਵਾਂਗੇ। ਅਤੇ ਅਸਲਾ ਪਤਾ ਨਹੀਂ ਹਜੇ ਕਿ ਮੈਨੂੰ ਸ਼ੱਕ ਹੈ ਕਿ ਅਸਲਾ ਉਹਨਾਂ ਦਾ ਹੈ ਕਿ ਕਿਸੇ ਹੋਰ ਦਾ। ਧਾਰਾ ਤਾਂ ਜੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਜੀ, ਇੱਕ ਮਿੰਟ ਕੁਝ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਮੇਰੀ ਜੀ ਉਹਨਾਂ ਨੇ, ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ, ਮੈਨੂੰ ਇੱਥੋਂ ਫੜਿਆ, ਅਤੇ ਉਸ ਤੋਂ ਬਾਅਦ ਮੈਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਜੀ, ਅਤੇ ਮੈਨੂੰ ਹਜੇ ਤੱਕ ਧਮਕੀਆਂ ਮਾਰਨ ਦੀਆਂ ਆ ਰਹੀਆਂ ਜੀ, ਸਮਝੌਤੇ ਦਾ ਜਵਾਬ ਆਇਆ ਜਾ ਰਿਹਾ, ਮਗਰ ਮੈਂ ਸਮਝੌਤਾ ਨਹੀਂ ਕਰਨਾ ਜੀ। ਬਹੁਤ ਔਖਾ ਹੋ ਗਿਆ ਜੀ, ਦੇਖੋ ਜੀ ਹੁਣ ਕਸਟਮਰ, ਹੁਣ ਦੇਖੋ ਸਾਡੇ 'ਤੇ ਚੱਲੀ ਹੈ, ਕੱਲ੍ਹ ਨੂੰ ਕੋਈ ਕਸਟਮਰ ਅਣਜਾਣ ਬਾਹਰੋਂ ਬਾਹਰੋਂ ਸ਼ਹਿਰਾਂ ਤੋਂ ਆਉਂਦੇ ਆ, ਬਾਹਰੋਂ ਵੱਖ ਵੱਖ ਸ਼ਹਿਰਾਂ ਤੋਂ ਆਉਂਦੇ ਆ, ਉਹ ਤਾਂ ਸਾਡੀ ਉਹਨਾਂ ਕੋਲ ਪੈਸੇ ਤੋਂ, ਉਹ ਤਾਂ ਮਾਰਕੀਟ ਆਉਣ ਨੂੰ ਡਰਨਗੇ ਜੀ, ਕਿ ਜੇ ਆਪਾਂ ਆਪਣੀ ਮਾਰਕੀਟ 'ਚ ਬਹਿ ਕੇ ਆਪਣੇ ਮਾਰਕੀਟ ਦੇ ਬੰਦਿਆਂ ਨਾਲ ਐਵੇਂ ਕਰਾਂਗੇ ਤਾਂ ਬਾਹਰਲੇ ਬੰਦੇ ਕਿੱਦਾਂ ਸੇਫ ਹੈ ਮਾਰਕੀਟ ਦੇ ਵਿੱਚ ਜੀ। ਦੇਖੋ ਜੀ ਹਰ ਗਾਹਕ ਸਾਨੂੰ ਡਰੇਗਾ ਜੀ, ਦੇਖੋ ਜੀ ਅਸੀਂ ਬਹੁਤ ਬਹੁਤ ਘੱਟ ਫਰਕ ਪਵੇਗਾ ਜੀ, ਪ੍ਰਸ਼ਾਸਨ ਕੋਲ ਇਹੀ ਫੀਲ ਕਰਦਾ ਜੀ, ਉਹਨੂੰ ਵੱਧ ਤੋਂ ਵੱਧ ਸਜ਼ਾ ਸੁਝਾਈ ਜਾਵੇ ਜੀ। ਬਿਲਕੁਲ ਜੀ ਬਿਲਕੁਲ, ਦੇਖੋ ਜੀ ਵਪਾਰੀ, ਇੱਕ ਵਪਾਰੀ ਨੂੰ ਡਰਾ ਰਿਹਾ, ਇੱਕ ਮਾਰਕੀਟ 'ਚ ਰਹਿ ਕੇ ਦੂਜੇ ਮਾਰਕੀਟ, ਇੱਕ ਮਾਰਕੀਟ ਦੇ ਵਿੱਚ ਰਹਿ ਕੇ ਦੋ ਬੰਦੇ ਲੜ ਰਹੇ ਨੇ, ਸਮਝਾਓ ਇਸ ਗੱਲ ਨੂੰ, ਅਤੇ ਆ ਕੇ ਸਿੱਧਾ ਬੰਦੂਕ ਤਾਨ ਰਿਹਾ ਤਾਂ ਗਲਤ ਹੈ ਜੀ। ਇਹ ਤਾਂ ਪ੍ਰਸ਼ਾਸਨ ਤੋਂ, CP ਸਾਹਿਬ ਤੋਂ ਇਹੀ ਮੰਗ ਕੀਤੀ ਜਾਂਦੀ ਹੈ ਕਿ ਇਹਨੂੰ ਵੱਧ ਤੋਂ ਵੱਧ ਸਜ਼ਾ ਸੁਣਾਈ ਜਾਵੇ, ਅਰੈਸਟ ਕੀਤੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਹਦੀ ਪਿਸਟਲ, ਕਿ ਜਿਹੜਾ ਜਿਹਨੂੰ ਸ਼ੱਕ ਹੈ, ਹਜੇ ਤੱਕ ਪੁਲਿਸ ਨੇ ਇਹ ਇਨਵੈਸਟੀਗੇਸ਼ਨ ਨਹੀਂ ਕੀਤਾ ਕਿ ਪੁਲਿਸ ਕਿ ਰਿਵੋਲਵਰ ਇਹਨਾਂ ਦੀ ਹੈ ਕਿ ਕਿਸੇ ਹੋਰ ਦੀ ਹੈ,
ਅਤੇ ਮੈਂ ਪੁਲਿਸ ਤੋਂ ਐਸ ਐਚ ਓ ਸਾਹਿਬ ਤੋਂ ਇਹੀ ਮੰਗ ਕਰਦਾ ਕਿ ਇਹਨੂੰ ਇੱਕ ਵਾਰ ਰਿਮਾਂਡ 'ਤੇ ਲਿਆ ਜਾਵੇ, ਠੀਕ ਹੈ ਜੀ। ਉਸ ਤੋਂ ਬਾਅਦ ਇਹਦੀ ਪਿਸਟਲ ਦਾ ਇਨਵੈਸਟੀਗੇਸ਼ਨ ਤਫਤੀਸ਼ ਕੀਤੀ ਜਾਵੇ ਜੀ, ਠੀਕ ਹੈ ਜੀ। ਜ ਉਸ ਵਿਅਕਤੀ ਦੀ ਅਰੈਸਟ ਵੀ ਹੋ ਗਈ ਹੈ ਅਤੇ ਉਹਨੂੰ ਜੁਡੀਸ਼ੀਅਲ ਭੇਜਿਆ ਗਿਆ, ਉਹਨੂੰ 9 ਤਰੀਕ ਤੱਕ ਦੀ ਉਹਨੂੰ ਜੁਡੀਸ਼ੀਅਲ ਹੋਈ ਹੈ, ਯਾਨੀ ਕਿ ਜੇਲ੍ਹ ਦੇ ਵਿੱਚ ਭੇਜਿਆ ਗਿਆ। ਲੇਕਿਨ ਇਹ ਤਾਂ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਅਸੀਂ ਇੱਥੇ ਲਗਾ ਰਹੇ ਹਾਂ, ਕੀ ਲਗਾ ਰਹੇ ਹਾਂ ਕਿ ਥਾਣੇ ਦੀ ਪੁਲਿਸ ਵੱਲੋਂ ਨਾ ਕੋਈ ਰਿਮਾਂਡ ਵਾਸਤੇ ਕਿਹਾ ਗਿਆ, ਨਾ ਹੀ ਉਸ ਵਿਅਕਤੀ ਤੋਂ ਜਿਹੜੀ ਉਹਨੇ ਰਿਵੋਲਵਰ ਤਾਨੀ ਸੀ। ਰਿਵੋਲਵਰ ਦੇਖੋ ਔਨ ਰਿਕਾਰਡ ਵੀਡੀਓਗ੍ਰਾਫੀ ਦੇ ਵਿੱਚ ਵੀ, ਫੋਟੋਗ੍ਰਾਫੀ ਦੇ ਵਿੱਚ ਵੀ ਸਾਫ਼ ਦੇਖ ਰਿਹਾ ਕਿ ਰਿਵੋਲਵਰ ਹੈ, ਬਟ ਰਿਵੋਲਵਰ ਜਿਹੜੀ ਹੈ ਉਹ ਹਾਲੇ ਤੱਕ ਰਿਕਵਰ ਨਹੀਂ ਕੀਤੀ ਗਈ। ਪੁਲਿਸ ਦਾ ਕਹਿਣਾ ਇਹ ਹੈ ਕਿ ਜਿਹੜੀ ਰਿਵੋਲਵਰ ਆ ਉਹ 23 ਤਰੀਕ ਨੂੰ ਜਮ੍ਹਾਂ ਹੋ ਗਈ। 23 ਤਰੀਕ ਨੂੰ ਜਮ੍ਹਾਂ ਹੋਈ ਦਾ ਮਤਲਬ 17, 18, 19, 20 ਟਿਲ 23 ਉਹ ਰਿਵੋਲਵਰ ਉਹਦੇ ਕੋਲ ਸੀ। ਜੇ ਉਹੀ ਰਿਵੋਲਵਰ ਸੀ ਜਾਂ ਫਿਰ ਉਹਨੇ ਕੋਈ ਹੋਰ ਕਿਸੇ ਦੀ ਰਿਵੋਲਵਰ ਲਿੱਤੀ ਸੀ, ਕਿਉਂਕਿ ਇਹਦੇ ਵਿੱਚ ਇੱਕ ਹੋਰ ਵਿਅਕਤੀ ਆ ਜਿਸ ਵਿਅਕਤੀ ਨੇ ਧਮਕੀਆਂ ਦਿੱਤੀਆਂ ਸੀਗੀਆਂ ਕਿ ਉਹਦੀ ਰਿਵੋਲਵਰ ਹੈ ਜਾਂ ਇਹ ਖਰੀਦ ਕੇ ਲੈ ਕੇ ਆਏ ਸੀ। ਦਿਸ ਆਲ ਥਿੰਗਸ ਆਰ ਇਨ ਅ ਕੁਸ਼ਚਨ ਕਿ ਇਹਨਾਂ ਨੇ ਇਹ ਗੱਲ ਕਿਉਂ ਕੀਤੀ। ਅਸੀਂ ਇਹਦੇ 'ਤੇ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦੁਬਾਰਾ ਦੇਵਾਂਗੇ ਇਸ ਕੇਸ ਦੀ ਇਨਵੈਸਟੀਗੇਸ਼ਨ 'ਤੇ ਵੀ, ਅਤੇ ਅਸੀਂ ਦੁਬਾਰਾ ਰਿਕੁਐਸਟ ਕਰਾਂਗੇ ਇਹਨੂੰ ਪ੍ਰੋਡਕਸ਼ਨ ਫਰੰਟ 'ਤੇ ਲਿਆ ਕੇ ਇਸ ਗੱਲ ਦੀ ਪ੍ਰੋਪਰ ਜਾਣਕਾਰੀ ਲਿੱਤੀ ਜਾਵੇ। ਨਹੀਂ ਤਾਂ ਅੱਜ ਇਸ ਵਿਅਕਤੀ ਨਾਲ ਇਹਨਾਂ ਨੇ ਇੱਕ ਵਪਾਰੀ ਨਾਲ ਕੀਤਾ, ਉਸ ਦਾ ਕੱਲ੍ਹ ਕਿਸੇ ਹੋਰ ਵਪਾਰੀ ਨਾਲ ਵੀ ਕੀਤਾ ਹੋਵੇ। ਦੇਖੋ ਜੀ, ਨਾਮ ਤਾਂ ਇਹੀ ਆ ਰਿਹਾ ਕਿ ਉਹ ਇੱਕ ਵਪਾਰੀ, ਪਰ ਜਿਸ ਹਿਸਾਬ ਦਾ ਉਹਨੇ ਕੰਮ ਕੀਤਾ ਉਹ ਵਪਾਰੀ ਨਹੀਂ, ਉਹ ਤਾਂ ਫਿਰ ਇੱਕ ਤਰ੍ਹਾਂ ਦਾ ਗੈਂਗਸਟਰ ਵਾਲਾ ਕੰਮ ਹੈ।